ਇਹ ਪੰਜਾਬੀ ਰੇਡੀਓ USA ਹੈ। ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਕੋਲੋਂ ਅੱਜ ਸ਼ੁੱਕਰਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ। ਪਹਿਲਾਂ ਅੱਜ ਦੀਆਂ ਖਾਸ ਖਾਸ ਖਬਰਾਂ ਸੁਣੋ। ਪੰਜਾਬ ਵਿੱਚ ਕੋਰੋਨਾ ਵਾਇਰਸ ਨੇ 55 ਹੋਰ ਵਿਅਕਤੀਆਂ ਦੀ ਜਾਨ ਲਈ। ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਮੁਲਕ ਵਿੱਚੋਂ 3 ਨੰਬਰ ਤੇ ਪਹੁੰਚਿਆ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਿਤ ਹੋਏ ਲੋਕਾਂ ਦੀ ਗਿਣਤੀ 39,40,000 ਤੋਂ ਪਾਰ। ਇੱਕੋ ਦਿਨ ਚ ਆਏ ਅੱਜ ਫਿਰ 83,000 ਤੋਂ ਜ਼ਿਆਦਾ ਮਰੀਜ਼। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਤਾਦਾਦ 8,74,000 ਤੋਂ ਪਾਰ। ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਹੁਣ ਨਹੀਂ ਲੱਗਣਗੇ ਏਕਾਂਤਵਾਸ ਦੇ ਪੋਸਟਰ। ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ। ਗ੍ਰਿਫਤਾਰੀ ਦੇ ਡਰੋਂ ਰੂਪੋਸ਼ ਹੋਏ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸਮੀਤ ਸਿੰਘ ਸੈਣੀ ਅਤੇ ਪੰਜਾਬ ਸਣੇ 6 ਸੂਬਿਆਂ ਵੱਲੋਂ ਨੀਟ ਤੇ JEE ਦੇ ਇਮਤਿਹਾਨ ਰੱਦ ਕਰਵਾਉਣ ਲਈ ਪਾਈ ਹੋਈ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕੀਤੀ। ਹੁਣ ਖਬਰਾਂ ਦੀ ਤਫਸੀਲ ਸੁਣੋ। ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਮੁਲਕ ਵਿੱਚ 3 ਥਾਂ ਤੇ ਪਹੁੰਚ ਗਿਆ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਧਣ ਦਾ ਕਾਰਨ ਪਿਛਲੇ 3 ਦਿਨਾਂ 'ਚ 192 ਮੌਤਾਂ ਹੋਣਾ ਹੈ। ਕੋਰੋਨਾ ਵਾਇਰਸ ਵਾਸਤੇ ਨਿਯੁਕਤ ਕੀਤੇ ਗਏ ਪੰਜਾਬ ਦੇ ਨੋਡਲ ਅਫਸਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਲੋਕ ਟੈਸਟਾਂ ਲਈ ਅੱਗੇ ਨਹੀਂ ਆ ਰਹੇ। ਉਹ ਉਦੋਂ ਹੀ ਰਿਪੋਰਟ ਕਰਦੇ ਨੇ ਜਦੋਂ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ। COVID-19 ਇੰਡੀਆ ਵੈਬਸਾਈਟ ਦੇ ਮੁਤਾਬਕ ਗੁਜਰਾਤ 3.71% ਮੌਤ ਦਰ ਦੇ ਨਾਲ ਪਹਿਲੇ, ਮਹਾਰਾਸ਼ਟਰ 3.03% ਨਾਲ ਦੂਜੇ ਤੇ ਪੰਜਾਬ 2.84% ਨਾਲ 3 ਨੰਬਰ ਤੇ ਹੈ। ਹਾਲਾਂਕਿ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿੱਚ ਪੰਜਾਬ ਮੁਲਕ ਵਿੱਚ 97 ਨੰਬਰ ਤੇ ਹੈ। ਇਸ ਦੌਰਾਨ ਵੀਰਵਾਰ ਦੇਰ ਰਾਤ ਤੱਕ ਆਈਆਂ ਖ਼ਬਰਾਂ ਦੇ ਮੁਤਾਬਕ ਪੰਜਾਬ ਵਿੱਚ ਕੋਰੋਨਾ ਦੇ 1,536 ਨਵੇਂ ਕੇਸ ਮਿਲੇ ਨੇ ਤੇ 55 ਜਾਣਿਆਂ ਦੀ 24 ਘੰਟਿਆਂ 'ਚ ਮੌਤ ਹੋ ਗਈ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਇੱਕੋ ਦਿਨ ਦੇ ਵਿੱਚ 1,529 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਵੀ ਗਏ ਨੇ। ਹੁਣ ਇਸ ਵੇਲੇ ਪੰਜਾਬ ਵਿੱਚ ਕੁੱਲ ਮਰੀਜ਼ਾਂ ਦਾ ਅੰਕੜਾ 59,600 ਦੇ ਨੇੜੇ ਤੇੜੇ ਪਹੁੰਚ ਗਿਆ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 1,695 ਹੋ ਗਈ ਹੈ। 42,092 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ। ਪੰਜਾਬ ਵਿੱਚ ਰਿਕਵਰੀ ਰੇਟ ਵੀ ਵਧਿਆ ਤੇ 70% ਤੋਂ ਪਾਰ ਚਲਿਆ ਗਿਆ। 20 ਅਗਸਤ ਨੂੰ ਪੰਜਾਬ ਵਿੱਚ ਰਿਕਵਰੀ ਰੇਟ 62% ਸੀ। ਇਸ ਵੇਲੇ ਪੰਜਾਬ ਵਿੱਚ 15,731 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹਨਾਂ ਵਿੱਚੋਂ 470 ਆਕਸੀਜਨ ਤੇ ਨੇ ਤੇ 68 ਮਰੀਜ਼ ਵੈਂਟੀਲੇਟਰ ਤੇ ਰੱਖੇ ਗਏ ਨੇ। ਪਿਛਲੇ 24 ਘੰਟਿਆਂ ਵਿੱਚ ਲੁਧਿਆਣੇ 'ਚ 18, ਰੋਪੜ 3, ਪਟਿਆਲਾ 5, ਫਰੀਦਕੋਟ 2, ਕਪੂਰਥਲਾ 9, ਜਲੰਧਰ 4, ਗੁਰਦਾਸਪੁਰ 2, ਅੰਮ੍ਰਿਤਸਰ 5, ਸੰਗਰੂਰ 1, ਨਵਾਂਸ਼ਹਿਰ 1, ਪਠਾਨਕੋਟ 1, ਹੁਸ਼ਿਆਰਪੁਰ 1, ਬਠਿੰਡਾ 1, ਬਰਨਾਲਾ 1 ਅਤੇ ਮੋਹਾਲੀ ਵਿੱਚ 1 ਮੌਤ ਹੋਈ ਹੈ। ਇੱਕੋ ਦਿਨ ਵਿੱਚ ਭਾਰਤ ਵਿੱਚ COVID-19 ਦੇ 83,341 ਨਵੇਂ ਕੇਸ ਸਾਹਮਣੇ ਆ ਗਏ ਨੇ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 39,40,500 ਹੋ ਗਈ ਹੈ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1,096 ਹੋਰ ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਭਾਰਤ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 68,620 ਤੱਕ ਚਲੀ ਗਈ ਹੈ। ਜੇ ਸਾਰੇ ਸੰਸਾਰ ਦੀ ਗੱਲ ਕਰੀਏ ਤਾਂ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 2,65,20,155 ਮਰੀਜ਼ ਸਾਹਮਣੇ ਆ ਚੁੱਕੇ ਨੇ। ਇਹਨਾਂ ਵਿੱਚੋਂ 1,87,00,000 ਮਰੀਜ਼ ਠੀਕ ਹੋ ਚੁੱਕੇ ਨੇ, ਜਦਕਿ ਹੁਣ ਤੱਕ 8,74,000 ਲੋਕਾਂ ਦੀ ਮੌਤ ਹੋ ਚੁੱਕੀ ਹੈ। WHO ਯਾਨੀ ਵਿਸ਼ਵ ਸਿਹਤ ਸੰਗਠਨ ਨੇ ਅੱਜ ਆਖਿਆ ਕਿ ਕੋਰੋਨਾ ਵਾਇਰਸ ਦੇ ਖਿਲਾਫ 2021 ਦੇ ਅੱਧ ਤੱਕ ਵੱਡੇ ਪੈਮਾਨੇ ਤੇ ਵੈਕਸੀਨੇਸ਼ਨ ਦੀ ਕੋਈ ਉਮੀਦ ਨਹੀਂ ਹੈ। ਵੈਕਸੀਨ ਦੇ ਕਲੀਨਿਕਲ ਟ੍ਰਾਇਲ ਉੱਪਰ WHO ਦੀ ਤਰਜਮਾਨ ਮਾਰਗਰੇਟ ਹੈਰਿਸ ਨੇ ਜਨੇਵਾ ਵਿੱਚ ਪ੍ਰੈਸ ਬਰੀਫਿੰਗ ਦੇ ਦੌਰਾਨ ਦੱਸਿਆ ਕਿ ਫੇਜ਼ 3 ਵਿੱਚ ਹਾਲੇ ਹੋਰ ਜ਼ਿਆਦਾ ਸਮਾਂ ਲੱਗੇਗਾ, ਕਿਉਂਕਿ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਵੈਕਸੀਨ ਅਸਲ ਵਿੱਚ ਕਿੰਨੀ ਸੁਰੱਖਿਅਤ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਹੁਣ ਏਕਾਂਤਵਾਸ ਦੇ ਪੋਸਟਰ ਨਹੀਂ ਲਾਏ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰ ਦੇ COVID-19 ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਲਾਉਣ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਸੱਜਣ ਕੁਮਾਰ ਨੇ ਮਾੜੀ ਸਿਹਤ ਦਾ ਹਵਾਲਾ ਦੇ ਕੇ ਅਰਜ਼ੀ ਲਾਈ ਸੀ, ਪਰ ਚੀਫ ਜਸਟਿਸ SA ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਸੀਨੀਅਰ ਐਡਵੋਕੇਟ HS ਪੂਲਕਾ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਤੇ ਕਿਹਾ ਕਿ ਜਿਸ ਵੀ ਇਲਾਜ ਦੀ ਜ਼ਰੂਰਤ ਹੈ ਉਹ ਪਹਿਲਾਂ ਹੀ ਉਸ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਸਾਬਕਾ DGP ਸਮੇਤ ਸਿੰਘ ਸੈਣੀ ਦੀਆਂ ਮੁਸ਼ਕਲਾਂ ਅੱਜ ਉਸ ਵੇਲੇ ਹੋਰ ਜ਼ਿਆਦਾ ਵੱਧ ਗਈਆਂ
ਜਦੋਂ ਹਾਈ ਕੋਰਟ ਨੇ ਉਸ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਤੋਂ ਪੱਲਾ ਝਾੜ ਲਿਆ। ਸੈਣੀ ਨੇ ਪਿਛਲੇ ਦਿਨੀ ਧਾਰਾ 302 ਵਿੱਚ ਅਗਾਉਂ ਜ਼ਮਾਨਤ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਸੁਣਵਾਈ ਲਈ ਇਹ ਕੇਸ ਹਾਈ ਕੋਰਟ ਦੇ ਜੱਜ ਜਸਟਿਸ ਸੁਬੀਰ ਸਹਿਗਲ ਦੀ ਅਦਾਲਤ 'ਚ ਲੱਗਿਆ ਸੀ, ਪਰ ਅਚਾਨਕ ਮਾਣਯੋਗ ਜੱਜ ਨੇ ਸੈਣੀ ਦੇ ਕੇਸ ਤੋਂ ਖੁਦ ਨੂੰ ਵੱਖ ਕਰ ਲਿਆ। ਸੰਬੰਧਿਤ ਜੱਜ ਨੇ ਇਸ ਮਾਮਲੇ ਤੋਂ ਵੱਖ ਹੁੰਦਿਆਂ ਸੈਣੀ ਦੀ ਅਗਾਉਂ ਜ਼ਮਾਨਤ ਦੀ ਅਰਜ਼ੀ ਨੂੰ ਅਗਲੀ ਕਾਰਵਾਈ ਲਈ ਚੀਫ ਜਸਟਿਸ ਦੇ ਕੋਲ ਭੇਜ ਦਿੱਤਾ ਹੈ। ਹੁਣ ਅਗਲੇ 1-2 ਦਿਨਾਂ ਵਿੱਚ ਚੀਫ ਜਸਟਿਸ ਵੱਲੋਂ ਇਹ ਕੇਸ ਕਿਸੇ ਦੂਸਰੀ ਅਦਾਲਤ ਵਿੱਚ ਤਬਦੀਲ ਕੀਤਾ ਜਾਏਗਾ। ਉਧਰ ਸੁਮੇਧ ਸਿੰਘ ਸੈਣੀ ਆਪਣੀ ਗ੍ਰਿਫਤਾਰੀ ਦੇ ਡਰੋਂ ਜ਼ੈਡ ਪਲੱਸ ਸੁਰੱਖਿਆ ਛੱਡ ਕੇ ਅਚਾਨਕ ਰੂਪੋਸ਼ ਹੋ ਗਏ ਨੇ, ਜਿਸ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਮੋਹਾਲੀ ਪੁਲਿਸ ਦੀਆਂ ਟੀਮਾਂ ਸੁਮੇਧ ਸੈਣੀ ਦੀ ਭਾਲ ਵਿੱਚ ਵੱਖ ਵੱਖ ਥਾਵਾਂ ਤੇ ਛਾਪੇ ਮਾਰ ਰਹੀਆਂ ਨੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਤੋਂ ਸੁਣ ਰਹੇ ਹੋ ਤੇ ਇਹਨਾਂ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਿਆਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਹਾਲੇ ਤੱਕ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ, ਜੋ ਕਿ ਅਮਰੀਕਾ ਦੀਆਂ ਟੌਪ ਰੇਟਡ ਕੰਪਨੀਆਂ ਨਾਲ ਤੁਹਾਡੀ ਬਹੁਤ ਹੀ ਵਾਜਬ ਰੇਟ ਤੇ ਲਾਈਫ ਇੰਸ਼ੋਰੈਂਸ ਕਰਵਾ ਕੇ ਦੇਣਗੇ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ ਨੋਟ ਕਰ ਲਓ, 408-272-2500। ਯਾਦ ਰੱਖੋ, ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ 408-272-2500। ਚਲੋ ਫਿਰ ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ। ਭਾਰਤ ਵਿੱਚ ਨੀਟ ਤੇ JEE ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਦੇਣ ਸੰਬੰਧੀ ਦਿੱਤੇ ਗਏ ਹੁਕਮਾਂ ਦੇ ਖਿਲਾਫ ਪੰਜਾਬ, ਪੱਛਮੀ ਬੰਗਾਲ, ਮਹਾਰਾਸ਼ਟਰ, ਝਾਰਖੰਡ, ਰਾਜਸਥਾਨ ਤੇ ਛੱਤੀਸਗੜ੍ਹ ਦੇ ਮੰਤਰੀਆਂ ਵੱਲੋਂ ਦਾਇਰ ਕੀਤੀ ਗਈ ਨਜ਼ਰਸਾਨੀ ਪਟੀਸ਼ਨ ਨੂੰ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ। ਇਹਨਾਂ ਸੂਬਿਆਂ ਨੇ ਕਿਹਾ ਸੀ ਕਿ COVID-19 ਦੇ ਖਤਰੇ ਭਰੇ ਮਾਹੌਲ ਵਿੱਚ ਇਹ ਇਮਤਿਹਾਨ ਨਹੀਂ ਕਰਵਾਏ ਜਾਣੇ ਚਾਹੀਦੇ। ਪੰਜਾਬ ਵੱਲੋਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ 64 ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਨਾਰਾਜ਼ਗੀ ਦਾ ਮਾਹੌਲ ਹੈ। ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦੇ ਬਸਤੀ 9 ਸਪੋਰਟਸ ਮਾਰਕੀਟ ਦੇ ਝੰਡਿਆਂ ਵਾਲੇ ਪੀਰ ਚੌਕ ਵਿੱਚ ਧਰਨਾ ਲਾਇਆ। ਧਰਨੇ ਲਈ ਟੈਂਟ ਲਾ ਕੇ ਅੱਧੀ ਸੜਕ ਨੂੰ ਕਵਰ ਕਰ ਲਏ ਜਾਣ ਦੇ ਕਰਕੇ ਟ੍ਰੈਫਿਕ ਜਾਮ ਦੇ ਹਾਲਾਤ ਬਣ ਗਏ। ਉੱਥੋਂ ਲੰਘ ਰਹੇ ਰਾਹਗੀਰ ਇਸ ਤੋਂ ਬਹੁਤ ਔਖੇ ਹੋਏ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਗੁੱਸੇ ਦਾ ਇਜ਼ਹਾਰ ਵੀ ਕੀਤਾ। ਇਸ ਤੋਂ ਬਾਅਦ ਅਕਾਲੀ ਮੁਜ਼ਾਹਰਾਕਾਰੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਕੋਠੀ ਵਿੱਚ ਜਾ ਵੜੇ, ਜਿਨ੍ਹਾਂ ਨੂੰ ਪੁਲਿਸ ਨੇ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਹੈ। ਅਕਾਲੀ ਲੀਡਰਾਂ ਨੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਕਾਂਗਰਸ ਪਾਰਟੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੋਗਾ ਸ਼ਹਿਰ ਦੇ ਅੰਦਰ ਪੁਰਾਣੀ ਅਨਾਜ ਮੰਡੀ 'ਚ ਅੱਜ ਇੱਕ ਚੌਲਾਂ ਦੇ ਵਪਾਰੀ ਦੇ ਬੇਟੇ ਨੂੰ 3 ਗੋਲੀਆਂ ਮਾਰੀਆਂ ਗਈਆਂ। 2 ਗੋਲੀਆਂ ਉਸ ਦੇ ਪੇਟ ਵਿੱਚ ਲੱਗੀਆਂ ਨੇ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਪੁਰਾਣੀ ਅਨਾਜ ਮੰਡੀ ਵਿੱਚ ਵਪਾਰੀ ਕੁਲਦੀਪ ਦਾ ਬੇਟਾ ਕਾਕੂ ਦੁਕਾਨ 'ਚ ਬੈਠਾ ਸੀ। ਇਸ ਦੌਰਾਨ 2 ਨੌਜਵਾਨ ਲੁੱਟ ਦੀ ਨੀਅਤ ਨਾਲ ਦੁਕਾਨ ਦੇ ਅੰਦਰ ਆਏ ਤੇ ਉਹਨਾਂ ਨੇ ਪਿਸਤੌਲ ਤਾਣ ਲਈ ਤਾਂ ਕਾਕੂ ਉਹਨਾਂ ਦਾ ਮੁਕਾਬਲਾ ਕਰਨ ਲੱਗ ਪਿਆ। ਇੱਕ ਨੌਜਵਾਨ ਨੇ ਪਿਸਤੌਲ ਨਾਲ 3 ਗੋਲੀਆਂ ਚਲਾਈਆਂ ਤੇ 2 ਗੋਲੀਆਂ ਨੌਜਵਾਨ ਦੇ ਪੇਟ ਵਿੱਚ ਲੱਗੀਆਂ। ਇਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ ਨੇ। ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਅੱਜ ਸਵੇਰੇ ਕਿਸੇ ਅਣਪਛਾਤੇ ਵੱਲੋਂ ਰਾਏਕੋਟ ਦੇ ਤਹਿਸੀਲ ਕੰਪਲੈਕਸ ਦੇ ਗੇਟ ਦੇ ਬਾਹਰ ਲੱਗੇ ਪੋਲ ਉੱਪਰ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਕੇਸਰੀ ਝੰਡਾ ਨਾਲ ਹੀ ਲੱਗਦੇ ਸਿਵਲ ਹਸਪਤਾਲ ਦੇ ਅੰਦਰ ਬਣੀ ਪਾਣੀ ਵਾਲੀ ਟੈਂਕੀ ਤੇ ਵੀ ਝੂਲਦਾ ਦਿਖਾਈ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਹੀਰਾ ਸਿੰਘ ਸੰਧੂ ਪੁਲਿਸ ਫੋਰਸ ਸਮੇਤ ਮੌਕੇ ਤੇ ਆਏ ਤੇ ਉਹਨਾਂ ਨੇ 2 ਝੰਡੇ ਉਤਾਰਨ ਤੋਂ ਬਾਅਦ ਉੱਥੇ ਮੌਜੂਦ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੂੰ ਕਥਿਤ ਹਿਰਾਸਤ ਵਿੱਚ ਲੈਣ ਲਈ ਜੈਤੋ ਤੋਂ 3 ਕਿਲੋਮੀਟਰ ਦੂਰ ਪਿੰਡ ਸੇਵੇਵਾਲਾ ਵਿੱਚ ਪੁਲਿਸ ਨੇ ਛਾਪੇ ਮਾਰੇ ਨੇ। ਸੇਵੇਵਾਲਾ ਦੇ ਘਰ ਵਿੱਚ ਮੌਜੂਦ ਨਾ ਹੋਣ ਕਰਕੇ ਗ੍ਰਿਫਤਾਰੀ ਸੰਭਵ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਲੰਬੀ ਹਲਕੇ ਦੇ ਪਿੰਡ ਮਿਠੜੀ ਬੁੱਧ ਸਿੰਘ ਵਿੱਚ ਦਲਿਤ ਨਾਬਾਲਗ ਬੱਚੀ ਨਾਲ ਹੋਏ ਕਥਿਤ ਜਬਰ ਜਨਾਹ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਜਥੇਬੰਦੀ ਵੱਲੋਂ 7 ਸਤੰਬਰ ਨੂੰ ਲੰਬੀ ਥਾਣੇ ਅੱਗੇ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਲਛਮਣ ਸਿੰਘ ਸੇਵੇਵਾਲਾ ਯੂਨੀਅਨ ਦੇ ਸਵਾਈ ਜਨਰਲ ਸਕੱਤਰ ਨੇ ਮਜ਼ਦੂਰ ਮੰਗਾਂ ਨੂੰ ਲੈ ਕੇ ਜਥੇਬੰਦੀ ਨੇ 25 ਅਗਸਤ ਨੂੰ ਬਠਿੰਡੇ ਦਿਖਾਵਾ ਕੀਤਾ ਸੀ। ਪ੍ਰਸ਼ਾਸਨ ਨੇ ਇਸ ਦਿਖਾਵੇ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ COVID-19 ਨਾਲ ਸੰਬੰਧਿਤ ਪਾਬੰਦੀਆਂ ਦੇ ਤਹਿਤ ਵੱਖ ਵੱਖ ਧਰਾਵਾਂ ਦੇ ਤਹਿਤ ਸੇਵੇਵਾਲਾ ਸਣੇ ਕੋਈ 100 ਮੁਜ਼ਾਹਰਾਕਾਰੀਆਂ ਤੇ ਪਰਚੇ ਦਰਜ ਕੀਤੇ ਸਨ। ਅੱਜ ਦੀ ਛਾਪੇਮਾਰੀ ਨੂੰ ਵੀ 7 ਸਤੰਬਰ ਦੇ ਪ੍ਰਦਰਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਜ ਤਾਈਵਾਨ ਵਿੱਚ ਚੀਨ ਦਾ ਸੁਖੋਈ ਜਹਾਜ਼ ਕਰੈਸ਼ ਹੋ ਗਿਆ। ਮੰਨਿਆ ਜਾ ਰਿਹਾ ਕਿ ਚੀਨੀ ਜਹਾਜ਼ ਉੱਪਰ ਤਾਈਵਾਨ ਦੇ 에ਅਰ ਡਿਫੈਂਸ ਨੇ ਹਮਲਾ ਕੀਤਾ, ਜਿਸ ਕਾਰਨ ਜਹਾਜ਼ ਕਰੈਸ਼ ਹੋਇਆ। ਜਹਾਜ਼ ਰਹਾਇਸ਼ੀ ਖੇਤਰ ਵਿੱਚ ਡਿੱਗਿਆ। ਪਾਇਲਟ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ, ਪਰ ਕੁਝ ਵੀਡੀਓ ਦ੍ਰਿਸ਼ ਸਾਹਮਣੇ ਆਏ ਨੇ ਜਿਸ ਵਿੱਚ ਇੱਕ ਵਿਅਕਤੀ ਜ਼ਮੀਨ ਤੇ ਡਿੱਗਿਆ ਦਿਖਾਈ ਦੇ ਰਿਹਾ ਤੇ ਲੋਕ ਉਸ ਦੇ ਆਲੇ ਦੁਆਲੇ ਖੜੇ ਨੇ। ਖਾਸ ਖਾਸ ਖਬਰਾਂ ਇੱਕ ਵਾਰੀ ਫੇਰ ਸੁਣੋ।
ਪੰਜਾਬ ਵਿੱਚ ਕੋਰੋਨਾ ਵਾਇਰਸ ਨੇ 55 ਹੋਰ ਜਾਨਾਂ ਲਈਆਂ। ਮੌਤ ਦਰ ਦੇ ਮਾਮਲੇ ਵਿੱਚ ਪੰਜਾਬ ਮੁਲਕ ਵਿੱਚੋਂ 3 ਨੰਬਰ ਤੇ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਲੋਕਾਂ ਦੀ ਗਿਣਤੀ 39,40,000 ਤੋਂ ਪਾਰ। ਇੱਕੋ ਦਿਨ ਚ ਆਏ ਅੱਜ ਫਿਰ 83,000 ਤੋਂ ਜ਼ਿਆਦਾ ਮਰੀਜ਼। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਤਾਦਾਦ 8,74,000 ਤੋਂ ਪਾਰ। ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਹੁਣ ਨਹੀਂ ਲੱਗਣਗੇ ਇਕਾਂਤਵਾਸ ਦੇ ਪੋਸਟਰ। ਸਿੱਖ ਕਤਲੇਆਮ ਦੇ ਮਾਮਲੇ ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ। ਗ੍ਰਿਫਤਾਰੀ ਦੇ ਡਰੋਂ ਰੂਪੋਸ਼ ਹੋਏ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਪੰਜਾਬ ਸਣੇ 6 ਸੂਬਿਆਂ ਵੱਲੋਂ ਨੀਟ ਤੇ ਜੇਈ ਦੇ ਇਮਤਿਹਾਨ ਰੱਦ ਕਰਵਾਉਣ ਲਈ ਪਾਈ ਗਈ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕੀਤੀ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ। ਹੁਣ ਦਿਓ ਸੁਸ਼ੀਲ ਦਸਾਈ ਨੂੰ ਆਗਿਆ। ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਸ਼ਾਮਾਂ।